ਮੰਚ ਤੇ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ, ਉਹਨਾਂ ਦੇ ਹੋਣਹਾਰ ਸਪੁੱਤਰ ਨਵੀ ਜੀ, ਜ਼ੋਰਦਾਰ ਤਾੜੀ ਮਾਰ ਕੇ ਆਪਾਂ ਇਹਨਾਂ ਦਾ ਸਵਾਗਤ ਕਰੀਏ। ਉਹਨਾਂ ਦੇ ਨਾਲ ਮੇਰੇ ਸਿਆਸੀ ਗੁਰੂ ਮਾਨਯੋਗ ਸ੍ਰੀ ਛੋਟੀ ਰਾਮ ਜੀ, ਜਿਹਨੇ 1992 ਦੇ ਵਿੱਚ ਮੈਨੂੰ ਤੋਰਿਆ ਸੀ ਸਰਾਰ ਮਾਨਸੂ ਦੇ ਵੇਲੇ, ਤੇ ਅੱਜ ਤੱਕ ਦਾਸ ਦੇ ਉੱਤੇ ਆਸ਼ੀਰਵਾਦ ਹੈ, ਹੱਥ ਹੈ, ਇਹਨਾਂ ਦੇ ਨਾਂ ਦੀ ਤਾੜੀ ਵੀ ਬਣਦੀ ਪਈ। ਬਹੁਤ ਹੀ ਸਤਿਕਾਰਯੋਗ ਹਰਜੀਵਨ ਜੈਨ ਜੀ, ਸਤਿਕਾਰਯੋਗ ਮੇਰੇ ਚਾਚਾ ਜੀ ਕੁਲਵੀਰ ਸਿੰਘ ਕੂਨਰ ਜੀ, ਮੇਰੇ ਬਲਾਕ ਦੇ ਪ੍ਰਧਾਨ ਰਕੇਸ਼ ਦੁੱਗਲ ਜੀ, ਮੇਰੇ ਪਰਿਵਾਰ ਦੇ ਮੈਂਬਰ ਹਰਦੀਪ ਮਾਨ ਜੀ, ਹਰਬੰਸ ਰਾਜ ਜੀ ਕੌਂਸਲਰ, ਸਾਡੇ ਨਗਰ ਕੌਂਸਲ ਗੁਰਾਇਆ ਦੇ ਸਾਬਕਾ ਪ੍ਰਧਾਨ ਰਾਮ ਨਵਾਇਆ ਪੁੰਜ ਨੀਲੂ ਜੀ, ਜਿਹੜੇ ਕੋਪਰੇਟਿਵ ਸੋਸਾਇਟੀ ਦੇ ਪ੍ਰਧਾਨ ਵੀ ਆ ਔਰ ਬਲਾਕ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਆ ਔਰ ਹੁਣ ਨਿਸ਼ਕਾਮ ਸੇਵਾ ਕਾਂਗਰਸ ਦੀ ਕਰ ਰਹੇ ਆ, ਉਹਨਾਂ ਦੇ ਨਾਲ ਸਤਿਕਾਰਯੋਗ ਮਨੀ ਜੋਸ਼ੀ ਕੌਂਸਲਰ ਜੀ, ਬਹੁਤ ਹੀ ਸਤਿਕਾਰਯੋਗ ਦੇਸਰਾਜ ਮਾਲ ਜੀ ਸਾਬਕਾ ਸਰਪੰਚ, ਬਹੁਤ ਹੀ ਮੇਰੇ ਵੱਡੇ ਵੀਰ ਅਸ਼ਵੀ ਜੀ, ਜਿਹੜੇ 2-3 ਵਾਰ ਐਸੋਸੀਏਸ਼ਨ ਦੀ ਨੁਮਾਇੰਦਗੀ ਕਰ ਚੁੱਕੇ ਆ ਔਰ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਘੁੜ ਕੇ ਲੋਹੜੀ ਮਨਾਈ ਜਾਂਦੀ ਪਿੰਦੂ ਜੌਲ ਜੀ ਵੱਲੋਂ, ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ। ਉਹਨਾਂ ਦੇ ਸਾਥੀ ਨੇ, ਮੇਰੇ ਛੋਟੇ ਵੀਰ ਨੇ, ਇਹਨਾਂ ਨੂੰ ਵੀ ਤਹਿ ਦਿਲੋਂ ਜੀਆਂ ਆਖਦਾ ਔਰ ਮੇਰੇ ਵੀਰ ਬਲਜਿੰਦਰ ਕਾਲਾ ਜੀ ਬੈਠੇ ਆ, ਬਿੱਟੂ ਜੀ, ਬਿੱਟੂ ਤਾਂ ਨਾ ਹੀ ਏਦਾਂ ਦਾ ਮੇਰੇ ਭਾਜੀ ਬਿੱਟੂ ਜੀਵਾ, ਉਹ ਬਿੰਦੂ ਭਾਜੀ ਖੜੇ, ਮੈਂ ਉਹਨਾਂ ਨੇ ਬੇਨਤੀ ਕਰਦਾ ਵੀ ਮੰਚ ਤੇ ਆਉਣ ਮੇਰੇ ਚੇਤਾ ਭਾਜੀ, ਜਿਤਨੀ ਵੀ ਸਤਿਕਾਰਯੋਗ ਸੰਗਤ ਪੰਡਾਲ ਚ ਬੈਠੀ ਆ, ਮੇਰੀਆਂ ਮਾਤਾਵਾਂ ਭੈਣਾਂ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ ਕਿ ਕਾਂਗਰਸ ਹਾਈ ਕਮਾਂਡ ਨੇ ਆਪਾਂ ਨੂੰ ਇੱਕ ਸੁਲਝਿਆ ਹੋਇਆ ਇੱਕ ਨਿਸ਼ਕਾਮ ਸੇਵਕ ਭਾਈ ਕਨਈਆ ਜੀ ਵਾਂਗ ਸੇਵਾ ਕਰਨ ਵਾਲਾ, ਇੱਕ ਬੇਦਾਗ ਚਾਦਰ, ਇੱਕ ਚਿੱਟੀ ਚਾਦਰ ਪਰਖਿਆ ਹੋਇਆ ਆਗੂ, ਇੱਕ ਕੋਹੇ ਨੂਰ ਹੀਰਾ ਚਰਨਜੀਤ ਸਿੰਘ ਚੰਨੀ ਬਤੌਰ ਉਮੀਦਵਾਰ ਦਿੱਤੇ ਆ। ਇਸ ਕਰਕੇ ਕਾਂਗਰਸ ਹਾਈਕਮਾਂਡ ਨੂੰ ਵੀ ਵਧਾਈ, ਸਮੁੱਚੀ ਸਾਧ ਸੰਗਤ ਨੂੰ ਵੀ ਵਧਾਈ। ਇਹ ਕੋਈ ਛੋਟੀ ਇਲੈਕਸ਼ਨ ਨਹੀਂ, ਮੇਰੇ ਨੌਜਵਾਨ ਸਾਥੀ ਬੈਠੇ ਜਿੱਧਰ ਨੂੰ ਯੂਥ ਚੱਲ ਪਵੇ ਨਾ, ਸਾਗਰ ਹੁਣੀ ਬੈਠੇ ਆ, ਇਹ ਤਾਂ ਦਰਿਆਵਾਂ ਦੇ ਮੁੱਖ ਮੋੜ ਹੁੰਦੇ ਆ। ਨਵੀ ਜੀ, ਤੁਹਾਡੇ ਨਾਲ ਯੂਥ ਚੱਲਿਆ ਇਸ ਹਲਕੇ ਦਾ, ਇਹ ਜਿੱਤ ਯਕੀਨੀ ਆ, ਸਿਰਫ 4 ਤਰੀਕ ਨੂੰ ਐਲਾਨ ਹੋਣਾ। ਉਹ ਕਿਉਂ ਯਕੀਨੀ ਆ? ਆਪਣੇ ਕੋਲ 5-6 ਕੈਂਡੀਡੇਟ ਹੈ, ਆਪਣਾ ਕੈਂਡੀਡੇਟ ਜਿਹੜਾ ਕਾਂਗਰਸ ਪਾਰਟੀ ਦਾ, ਜੇ ਮੁਲਕ ਦੀ ਆਜ਼ਾਦੀ ਤੋਂ ਲੈ ਕੇ ਸ਼ਹਾਦਤਾਂ ਦਿੱਤੀਆਂ ਅੱਤਵਾਦ ਦੇ ਵਿੱਚ, ਕਾਂਗਰਸ ਆਗੂਆਂ ਨੇ ਸ਼ਹਾਦਤਾਂ ਦਿੱਤੀਆਂ, ਇਹ ਚੀਜ਼ ਤੇ ਲਹੂ ਲਾ ਕੇ ਸ਼ਹੀਦ ਬਣੇ ਹੋਏ ਆ। ਕੋਈ ਇੱਕ ਵੀ ਕਹਿ ਦੇਵੇ ਅਕਾਲੀ ਆਗੂ, ਕੋਈ ਇੱਕ ਵੀ ਕਹਿ ਦੇਵੇ RSS ਦਾ ਵੀ ਇਹਨਾਂ ਨੇ ਅੱਤਵਾਦ ਦੇ ਵਿੱਚ ਕੋਈ ਕੁਰਬਾਨੀ ਦਿੱਤੀ, ਪੰਜਾਬ ਦਾ 25,000 ਪੰਜਾਬ ਬੇਗਲਾ ਹੋ ਗਿਆ। ਉਸ ਪੰਜਾਬ ਦੇ ਟੁੱਲੇ ਖੂਨ ਦੀ ਮਿੱਟੀ ਚੋਂ ਇੱਕ ਹੀਰਾ ਨਿਕਲਿਆ ਚਰਨਜੀਤ ਸਿੰਘ ਚੰਨੀ, ਜਿਹੜਾ ਕਾਂਗਰਸ ਪਾਰਟੀ ਨੂੰ ਦਿੱਤਾ।
ਅੱਜ ਇੱਥੇ ਫਸਲੀ ਵਟੇਰੇ ਬਹੁਤ ਬੈਠੇ ਆ। ਅੱਜ ਅਕਾਲੀ ਦਲ ਬਾਦਲ ਮਿੰਟਾਂ ਕਰਦਾ ਫਿਰਦਾ, ਪਰ ਉਹਦਾ ਉਮੀਦਵਾਰ ਪਵਨ ਟੀਨੂ ਤੀਜੇ ਥਾਂ ਆਇਆ। ਪਹਿਲਾਂ ਬਹੁਜਨ ਸਮਾਜ ਪਾਰਟੀ ਵਰਤੀ, ਫਿਰ ਕਾਂਗਰਸ ਦਾ ਵਰਤਿਆ, ਹੁਣ ਝਾੜੂ ਦੀ ਪੂਛ ਫੜ ਲਈ। ਆ ਜਿਹੜਾ ਝਾੜੂ ਵਾਲਿਆਂ ਦਾ ਉਹ ਵੀ ਤੀਜੇ ਥਾਂ ਆ ਗਿਆ। ਪਹਿਲਾਂ ਕਾਂਗਰਸ ਚੋਂ MLA ਬਣਿਆ, ਸਾਲ ਪਹਿਲਾਂ ਝਾੜੂ ਚੋਂ MP ਬਣ ਗਿਆ, ਟਿਕਟ ਮਿਲ ਗਈ ਤਾਂ ਹੁਣ ਕਮਲ ਦਾ ਫੁੱਲ ਫੜ ਲਿਆ। ਮਤਲਬ ਕੋਈ ਦੀਨ ਧਰਮ ਹੀ ਨਹੀਂ। KP ਸਾਹਿਬ ਨੇ ਸਿਰਾ ਲਾ ਦਿੱਤਾ, ਸ਼ਹੀਦ ਦਰਸ਼ਨ ਸਿੰਘ KP ਦੀ ਸ਼ਹਾਦਤ, ਉਸ ਸ਼ਹਾਦਤ ਨੂੰ ਫਿੱਕੀ ਕਰ ਦਿੱਤਾ। ਇਹਨਾਂ ਨੇ ਪਾਰਟੀ ਬਦਲ ਕੇ ਅੱਜ ਅਕਾਲੀ ਦਲ ਦੀ ਝੋਲੀ ਚ ਆ ਬੈਠੇ। ਫਰਕ ਤੁਸੀਂ ਦੇਖਣਾ ਕਿ ਇੱਕ ਪਾਸੇ ਫਸਲੀ ਬਟੇਰੇ ਆ ਤੇ ਇੱਕ ਪਾਸੇ ਇੱਕ ਕੌਂਸਲਰ ਤੋਂ ਚੱਲ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਇੱਕ ਵਰਕਰ ਪਹੁੰਚਿਆ ਕਿ ਵੋਟ ਕਿਹਨੂੰ ਪਾਉਣੀ, ਫੈਸਲਾ ਤੁਹਾਡੇ ਹੱਥ ਵਿੱਚ। ਜੰਨੀ ਸਾਹਿਬ ਗਰੀਬਾਂ ਦੇ ਹਮਦਰਦ, ਆ ਭੈਣਾਂ ਮਾਵਾਂ ਬੈਠੀਆਂ, ਆ ਕਿਰਾਏ ਬੱਸਾਂ ਨੇ ਵੀ ਮਾਫ਼ ਕੀਤੇ। ਆ ਭਾਜੀ ਦੱਸਣਗੇ 1000 ਰੁਪਏ ਦੀ ਮੈਂ ਗੱਲ ਕਰਨੀ ਨੀ, ਜਿਹੜਾ ਝਾੜੂ ਨੇ ਲਾਰਾ ਲਾਇਆ ਸੀ 27-27 ਮਹੀਨੇ ਹੋ ਗਏ, 27-27 ਯਾਰ ਤਾਂ ਮੇਰੀਆਂ ਮਾਵਾਂ ਭੈਣਾਂ ਦਾ ਓਦਾਂ ਹੀ ਬਣ ਗਿਆ। ਜਦ ਆਉਣਗੇ ਇਹਨਾਂ ਨੂੰ ਪੁੱਛਿਓ ਵੀ ਜਿਹੜਾ 1000 ਰੁਪਏ ਮਹੀਨੇ ਦਾ ਲਾਰਾ ਲਾਇਆ ਕਿੱਥੇ ਆ, ਕੋਈ ਇੱਕ ਇੱਟ ਵੀ ਲਾਈ। ਸਾਡੀ ਮਾਂ ਕਹਿੰਦੀ ਹੁੰਦੀ ਸੀ, ਆ ਬੀਬੀਆਂ ਬੈਠੀਆਂ ਮੇਰੀਆਂ ਮਾਵਾਂ, ਕਹਿਣਾ ਝਾੜੂ ਖੜਾ ਨਹੀਂ ਕਰੀਦਾ, ਲੜਾਈ ਦਾ ਘਰ ਹੁੰਦਾ। ਆਪਾਂ ਪੰਜਾਬ ਚ 92 ਬੇਟੀ ਦੇ ਜਿਤਾ ਕੇ ਝਾੜੂ ਖੜਾ ਕਰਦਾ, ਸਾਰੇ ਪੰਜਾਬ ਚ ਜੁੱਤੀ ਖੜਕਣ ਡਈ ਆ। ਤੇ ਹੁਣ ਇਹ ਝਾੜੂ ਦਾ ਸਫਾਇਆ ਕਰੋ। ਆਪਾਂ ਕਰਮਾਂ ਵਾਲੇ ਹਾਂ ਕਿ ਆਪਾਂ ਨੂੰ ਚਰਨਜੀਤ ਸਿੰਘ ਚੰਨੀ ਵਰਗਾ ਬੇਦਾਗ ਆਗੂ ਮਿਲਿਆ। ਮਹਿੰਗਾਈ ਦਾ ਹਾਲ ਦੇਖ ਲਓ, ਚੰਨੀ ਸਾਹਿਬ ਜਦੋਂ 3 ਮਹੀਨੇ ਦਾ ਕੰਮਕਾਰ ਮਿਲਿਆ ਸੀ, ਸਿਰਫ 3 ਮਹੀਨੇ ਬਤੌਰ ਮੁੱਖ ਮੰਤਰੀ, ਤੇ ਘਰ ਪਰ ਆਵਾਜ਼ ਹੋ ਗਈ ਸੀ ਘਰ ਘਰ ਚੱਲੇ ਕੱਲ ਚੰਨੀ ਕਰਦਾ ਨਸਲੇ ਹਨ। ਇਹ ਹੁੰਦਾ ਮੁੱਖ ਮੰਤਰੀ, 10 ਰੁਪਏ ਪੈਟਰੋਲ ਸਸਤਾ ਕੀਤਾ, 5 ਰੁਪਏ ਡੀਜ਼ਲ ਸਸਤਾ ਕੀਤਾ। ਕਾਂਗਰਸ ਸਰਕਾਰ ਵੇਲੇ 400 ਨੂੰ ਸਿਲੰਡਰ ਸੀ, ਅੱਜ 1000-1000 ਨੂੰ ਸਿਲੰਡਰ ਆ। ਕੌਣ ਜਵਾਬ ਦੇਊਗਾ? ਕੋਈ ਡਿਵੈਲਪਮੈਂਟ ਦਾ ਇੱਕ ਇੱਟ ਵੀ ਨਹੀਂ ਲਾਈ। 2 ਸਾਲ ਹੋ ਗਏ ਨਗਰ ਕੌਂਸਲ ਭੰਗੋਈ ਨੂੰ, ਕੋਈ ਕੋਈ ਪੈਸਾ ਵੀ ਇਹਨਾਂ ਨੇ ਭੇਜਿਆ। ਮੈਨੂੰ ਸ਼ਰਮ ਆਉਂਦੀ ਹੈ ਗੱਲ ਕਹਿੰਦਿਆਂ ਨੂੰ, ਇਹ ਕਿਹੜੇ ਮੋਟਾ ਮੋਟਾ ਮੰਗਦੇ ਆ। ਮੇਰੀ ਤਾਂ ਇੱਕੋ ਹੀ ਬੇਨਤੀ ਆ ਦਾਸ ਦੀ, ਜੇ ਤੁਸੀਂ ਮੈਨੂੰ ਆਪਣਾ ਸਮਝਦੇ ਨਵੀ ਜੀ, ਇਹ ਇਸ ਮਹੱਲੇ ਦੇ ਦਿੱਤ ਹੋਇਆ, ਇਹ ਮਾਵਾਂ ਭੈਣਾਂ ਮੇਰੇ ਮਹੱਲੇ ਦੀਆਂ, ਮੈਂ ਇਹਨਾਂ ਦੇ ਹੱਥਾਂ 'ਚ ਪੜ ਕੇ ਬੜਾ ਹੋਇਆ। ਇਹ ਬਾਹਰੋਂ ਲਿਆਂਦੇ ਪੁੱਤ ਨਹੀਂ, ਇਸ ਮਹੱਲੇ ਦੇ ਪੁੱਤ ਹੋਇਆ, ਜਿਵੇਂ ਬੈਠੇ ਆ ਇਹ ਮੈਨੂੰ ਪਿਆਰ ਕਰਦੇ ਆ। ਮੈਨੂੰ ਪੁੱਛੜ ਖਰੇੜੀ ਚੱਕ ਕੇ ਕਹਿੰਦੇ ਮੈਨੂੰ ਖਿਲਾਇਆ ਆ, ਮੇਰੇ ਬੱਚੇ ਇਹਨਾਂ ਦੇ ਵਿੱਚ ਪੜੇ ਆ, ਮੇਰੀ 3ਜੀ ਪੀੜ੍ਹੀ ਹੋ ਗਈ ਇਹਨਾਂ ਦੇ ਵਿੱਚ, ਮੇਰੀ ਬਾਲਵੀਂ ਬਰਾਦਰੀ ਬੈਠੀ, ਮੇਰਾ ਭਾਈਚਾਰ ਬੈਠਾ, ਮੇਰੇ ਬੱਚੇ ਨਹੀਂ ਪਾਲੇ ਸਾਨੂੰ ਪਾਲਿਆ, ਮੈਂ ਕੀ ਮੇਰੀ ਆਉਣ ਵਾਲੀ ਕੁੱਲ ਵੀ ਇਸ ਪਰਿਵਾਰ ਦਾ ਧਿਆਨ ਨਹੀਂ ਦੇ ਸਕਦੀ। ਮੈਂ ਮਾਂ ਆਇਆ, ਮੈਨੂੰ ਤੁਹਾਡੇ ਤੇ ਮੈਂ ਹੱਥ ਬੰਨ ਕੇ ਬੇਨਤੀ ਕਰਨੀ ਹੈ ਕਿ ਮੇਰੀ ਇੱਜ਼ਤ ਦਾ ਸਵਾਲ ਆ। ਬੇਸ਼ੱਕ ਮੈਨੂੰ ਟਾਈਮ ਖੜੇ ਪੈਰ ਮਿਲਿਆ,
ਪਰ ਫਿਰ ਵੀ ਤੁਸੀਂ ਮੇਰੇ ਛੋਟੇ ਜਿਹੇ ਸਨੇਹ ਤੇ ਆਏ ਆ। ਦੋ ਕੈਟਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ। ਮੇਰੀ ਇੱਕੋ ਹੀ ਬੇਨਤੀ ਆ ਕਿ 25 ਤਰੀਕ ਨੂੰ ਵੋਟਾਂ ਆ, ਝੰਡੇ ਲੈ ਕੇ ਲਲਕਾਰੇ ਮਾਰ ਦੇ ਵੋਟਾਂ ਲਾਉਣੀਆਂ। ਮਸ਼ੀਨ ਪੰਜੇ ਦਾ ਨਿਸ਼ਾਨ ਦਾ ਬਟਨ ਦੱਬਣਾ, ਜਦ ਤੱਕ ਉਹ ਚੀਕਾਂ ਕਢਾ ਦੇਣੀਆਂ ਮਸ਼ੀਨ ਦੀਆਂ, ਜਦ ਤੱਕ ਮਸ਼ੀਨ ਇਹ ਨਾ ਕਰੇ ਚੰਨੀ ਚੰਨੀ ਚੰਨੀ, ਉਹਨੇ ਦਿਨ ਬਦਲ ਤੋਂ ਹੱਥ ਨਹੀਂ ਚੱਕਣਾ। ਮੈਨੂੰ ਬਾਹਾਂ ਖੜੀਆਂ ਕਰਕੇ ਮੈਨੂੰ ਯਕੀਨ ਦਵਾਉਣਾ, ਚੰਨੀ ਸਾਹਿਬ ਦਾ ਬੇਟਾ ਬੈਠਾ ਕਿ ਇੱਕ ਇੱਕ ਵੋਟ ਕਾਂਗਰਸ ਨੂੰ ਪਾਉਣੀ ਹੈ, ਬਾਹਾਂ ਖੜੀਆਂ ਕਰਕੇ। ਇੰਡੀਅਨ ਨੈਸ਼ਨਲ ਕਾਂਗਰਸ ਬੇ ਆਵਾਜ਼ ਨਹੀਂ ਆਈ, ਸਵਾਲ ਨਹੀਂ ਆਇਆ। ਇੰਡੀਅਨ ਨੈਸ਼ਨਲ ਕਾਂਗਰਸ ਜਾਂ ਚੰਨੀ ਸਿੰਘ ਚੰਨੀ, ਸਰਦਾਰ ਚੰਨੀ ਸਿੰਘ ਚੰਨੀ। ਇਨਸਾਨ ਗਲਤੀਆਂ ਦਾ ਪੁਤਲਾ, ਮੇਰੇ ਤੋਂ ਵੀ ਕਈ ਗਲਤੀਆਂ ਹੋ ਸਕਦੀਆਂ। ਮੈਂ ਤੁਹਾਡਾ ਭਰਾ ਆਇਆ ਬੜਾ ਛੋਟਾ, ਮੈਂ ਤੁਹਾਡਾ ਪੋਤੇ ਆ, ਜਿੱਥੇ ਮਰਜ਼ੀ ਕੰਨੂ ਫੜ ਕੇ ਖੜਾ ਕਰ ਦਿਓ, ਕੋਈ ਡਰ ਦੀ ਲੋੜ ਨਹੀਂ। ਇੱਥੇ ਕੌਤੀ ਲੀਡਰ ਅਖੇ 2 ਤਰੀਕ ਤੋਂ ਬਾਅਦ ਆਹ ਕਰਾਂਗੇ ਉਹ ਕਰਾਂਗੇ, ਜਿੰਨਾ ਚਿਰ ਆ ਤੁਹਾਡੇ ਦਾਸ ਸਾਹ ਆ, ਮੇਰੇ ਕਾਂਗਰਸੀ ਵਰਗਾ ਨੂੰ ਘੋਂਗੜੀ ਨਹੀਂ ਕਰ ਸਕਦਾ, ਕੱਤੀਆਂ ਦੇ 55 ਮਰੂੰਗਾ ਜਿੰਨਾ ਚਿਰ ਮੇਰੇ ਸਾਹ ਆ। ਵੋਟਾਂ ਪਾਉਣੀਆਂ, ਹੱਥ ਦਾ ਬਟਨ ਦਬਾਉਣਾ, ਤੇ ਚੰਨੀ ਸਾਹਿਬ ਦੀ ਲੀਡ ਸਾਰੇ ਪੰਜਾਬ ਚ ਵੱਧ ਆਉਣੀ ਚਾਹੀਦੀ ਆ। ਇਸੇ ਬੇਨਤੀ ਨਾਲ ਤੁਹਾਡੇ ਕੋਲੋਂ ਖਿਮਾ ਦਾ ਜਾਜ ਗਿਆ, ਹੁਣ ਨਵੀਂ ਜੀ ਨੇ ਤੁਹਾਨੂੰ ਤਕੀਦ ਕਰਨੀ ਆ। ਲੰਗਰ ਤਿਆਰ ਆ, ਸਾਰਿਆਂ ਨੇ ਲੰਗਰ ਛਕਣਾ, ਫਿਰ ਵੀ ਮੈਂ ਤੁਹਾਡਾ ਨੀਵਾਂ ਆ ਕੇ ਸਿਰ ਝੁਕਾਉਣਾ, ਤੁਹਾਨੂੰ ਏਦਾਂ ਹੀ ਦਾਸਾਂ ਪਿਆਰ ਕਰਨਾ, ਇਸੇ ਤਰ੍ਹਾਂ ਮੇਰੇ ਦੁੱਖ ਸੁੱਖ ਦੇ ਸਹਾਈ ਹੋਣਾ, ਮੈਨੂੰ ਆਪਣੀ ਝੋਲੀ ਚ ਰੱਖਣਾ ਹਮੇਸ਼ਾ। ਧੰਨਵਾਦ। ਜੈ ਹਿੰਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਸ਼੍ਰੀ ਰਾਮ, ਜੈ ਗੁਰਦੇਵ, ਧੰਨ ਗੁਰਦੇਵ, ਜੈ ਬਾਬੀ। ਤੁਹਾਡੀ ਮਾਰ ਕੇ ਨਾਲ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਇੱਥੇ ਪਹੁੰਚੇ ਗੁਰਾਇਆਂ ਦੇ ਸਾਰੇ ਨਗਰ ਨਿਵਾਸੀ, MC ਸਾਹਿਬਾਨ, ਪ੍ਰਧਾਨ ਸਾਹਿਬਾਨ, ਪੰਚ ਸਰਪੰਚ, ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਬੁਲਾਨਾ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ। ਅੱਜ ਆਪਾਂ ਲੋਕ ਸਭਾ 2024 ਦੇ ਲਈ ਇਕੱਤਰ ਹੋਏ, ਜਿਹਦੇ ਵਿੱਚ ਆਪਾਂ ਵੋਟਾਂ ਪਾ ਕੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੁਣਨਾ, ਇਹਨਾਂ ਮੈਂਬਰਾਂ ਨੇ ਅੱਗੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਚੁਣਨਾ, ਜਿਹੜਾ 10 ਸਾਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤੇ ਰਾਜ ਕਰ ਰਿਹਾ। ਆਪਾਂ ਸਾਰਿਆਂ ਨੂੰ ਪਤਾ ਵੀ ਹਰ ਵਰਗ ਉਸ ਤੋਂ ਦੁਖੀ ਹੈ, ਚਾਹੇ ਕਿਸਾਨ ਲੈ ਲਓ, ਚਾਹੇ ਮਜ਼ਦੂਰ ਲੈ ਲਓ, ਚਾਹੇ ਸਾਡੇ ਆਮ ਲੋਕ ਲੈ ਲਓ। ਕਿਸੇ ਨੇ ਉਹਨੇ ਸਾਰ ਨਹੀਂ ਪੁੱਛੀ, ਕਿਸੇ ਨੇ ਉਹਨੇ ਮਨ ਕੀ ਬਾਤ ਨਹੀਂ ਪੁੱਛੀ, ਬਸ ਆਪਣੇ ਮਨ ਕੀ ਬਾਤ ਸੁਣਾਈ ਹੈ ਸਰ। ਇਹ 10 ਸਾਲ ਪਹਿਲਾਂ ਜਦੋਂ ਸਾਡੇ ਵਿੱਚ ਵੋਟਾਂ ਲੈਣ ਲਈ ਆਏ ਸੀ, ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਹਟਾਉਣੀ ਸੀ, ਤਦੋਂ ਕਹਿੰਦੇ ਸੀ ਕਿ ਸਾਨੂੰ ਸਮਾਂ ਦਿਓ, ਅਸੀਂ ਅੱਛੇ ਦਿਨ ਲੈ ਕੇ ਆਵਾਂਗੇ।
ਤਦ ਕਹਿੰਦੇ ਸੀ ਮਹਿੰਗਾਈ ਬਹੁਤ ਹੈ, 400 ਰੁਪਏ ਦਾ ਸਿਲੰਡਰ ਹੈ, ਸਾਨੂੰ ਸਮਾਂ ਦਿਓ, ਅਸੀਂ ਅੱਛੇ ਦਿਨ ਲੈ ਕੇ ਆਵਾਂਗੇ। ਤਦ ਕਹਿੰਦੇ ਸੀ 55 ਰੁਪਏ ਦਾ ਪੈਟਰੋਲ ਹੈ, ਸਾਨੂੰ ਸਮਾਂ ਦਿਓ, ਅਸੀਂ ਅੱਛੇ ਦਿਨ ਲੈ ਕੇ ਆਵਾਂਗੇ। ਤਦ ਕਹਿੰਦੇ ਸੀ ਵੀ ਬਾਹਰਲੇ ਦੇਸ਼ਾਂ 'ਚ ਕਾਲਾ ਧਨ ਬਹੁਤ ਪਿਆ, ਸਾਨੂੰ ਸਮਾਂ ਦਿਓ, ਅਸੀਂ ਭਾਰਤ ਵਿੱਚ ਲੈ ਕੇ ਆਵਾਂਗੇ, 15-15 ਲੱਖ ਰੁਪਏ ਤੁਹਾਡੇ ਖਾਤਿਆਂ 'ਚ ਪਾਵਾਂਗੇ। ਤਦ ਕਹਿੰਦੇ ਸੀ 2 ਕਰੋੜ ਨੌਕਰੀ ਹਰ ਸਾਲ ਨੌਜਵਾਨਾਂ ਨੂੰ ਦੇਵਾਂਗੇ, ਅੱਛੇ ਦਿਨ ਆਉਣਗੇ। ਅੱਜ ਅੱਛੇ ਦਿਨਾਂ ਦੀ ਆਪਾਂ ਗੱਲ ਕਰ ਲੈਂਦੇ, ਅੱਛੇ ਦਿਨ ਆਪਾਂ ਜੀ ਰਹੇ। ਜਿਹੜੇ ਮਾੜੇ ਸਮੇਂ ਨੂੰ ਇਹ ਕਹਿੰਦੇ ਸੀ 400 ਰੁਪਏ ਦਾ ਸਿਲੰਡਰ ਮਹਿੰਗਾ ਹੈ, ਅੱਜ ਅੱਛੇ ਦਿਨਾਂ 'ਚ 1100 ਰੁਪਏ ਦਾ ਹੋਇਆ ਹੈ। ਜਿਹੜੇ ਮਾੜੇ ਦਿਨਾਂ 'ਚ ਕਹਿੰਦੇ ਸੀ 55 ਰੁਪਏ ਦਾ ਪੈਟਰੋਲ ਮਹਿੰਗਾ ਹੈ, ਅੱਜ ਅੱਛੇ ਦਿਨਾਂ 'ਚ ਉਹ 95 ਰੁਪਏ ਦਾ ਹੋਇਆ ਹੈ। 15-15 ਲੱਖ ਛੱਡੋ, 15 ਰੁਪਏ ਨਹੀਂ ਕਿਸੇ ਦੇ ਖਾਤੇ 'ਚ ਪਾਏ। 2 ਕਰੋੜ ਨੌਕਰੀ ਹਰ ਸਾਲ ਕਹਿੰਦੇ ਸੀ, 10 ਸਾਲ ਹੋ ਗਏ 20 ਕਰੋੜ ਨੌਕਰੀ ਹੋ ਗਈ। ਕਿਸੇ ਇੱਕ ਨੂੰ ਵੀ ਜੇ ਨੌਕਰੀ ਮਿਲੀ ਹੋਵੇ ਸੈਂਟਰ ਦੀ ਜਾਂ ਸਰਕਾਰੀ, ਮੈਨੂੰ ਹੱਥ ਖੜਾ ਕਰਕੇ ਦੱਸ। ਕਿਸੇ ਨੂੰ ਨੌਕਰੀ ਨਹੀਂ ਮਿਲੀ, ਅੱਜ ਸਾਡੇ ਸਾਰੇ ਨੌਜਵਾਨ ਵਿਹਲੇ ਬੈਠੇ। ਤੇ ਜਿਹੜੀਆਂ ਨੌਕਰੀਆਂ ਪੱਕੀਆਂ ਸੀ, ਅੱਗੇ ਪੰਜਾਬ ਦੇ ਮੁੰਡੇ ਮਿਹਨਤ ਕਰਕੇ ਕਸਰਤ ਕਰਕੇ ਫੌਜ ਦੀ ਨੌਕਰੀ 'ਚ ਚਲੇ ਜਾਂਦੇ ਸੀ ਵੀ ਪੱਕੀ ਹੈ, ਬਾਅਦ 'ਚ ਪੈਨਸ਼ਨ ਵੀ ਮਿਲੂਗੀ। ਜੇ ਦੇਸ਼ ਦੇ ਲਈ ਮੁੰਡਾ ਸ਼ਹੀਦ ਵੀ ਹੋ ਗਿਆ ਤਾਂ ਪਰਿਵਾਰ ਨੂੰ ਸ਼ਹੀਦਾਂ ਦਾ ਦਰਜਾ ਮਿਲੂਗਾ, ਪਰਿਵਾਰ ਨੂੰ ਪਿੱਛੇ ਪੈਨਸ਼ਨ ਲੱਗੂਗੀ, ਨੌਕਰੀ ਮਿਲੂਗੀ। ਇਹਨਾਂ ਨੇ ਤਾਂ ਉਹ ਵੀ ਨੌਕਰੀ ਕੱਚੀ ਕਰਤੀ, 4 ਸਾਲਾਂ ਦੀ ਨੌਕਰੀ ਕਰਤੀ। ਅੱਜ ਜੇ 4 ਸਾਲ ਦੇ ਵਿੱਚ ਮੁੰਡਾ ਸ਼ਹੀਦ ਹੋ ਜਾਏ, ਨਾ ਉਹਨੂੰ ਸ਼ਹੀਦਾਂ ਦਾ ਦਰਜਾ ਮਿਲਦਾ, ਨਾ ਪਿੱਛੇ ਪਰਿਵਾਰ ਨੂੰ ਕੋਈ ਪੈਨਸ਼ਨ ਲੱਗਦੀ, ਨਾ ਪਿੱਛੇ ਪਰਿਵਾਰ ਨੂੰ ਕੋਈ ਸੁੱਖ ਸਹੂਲਤ ਮਿਲਦੀ ਹੈ। ਇਹ ਤਾਂ ਅੱਜ ਆਪਣੇ ਨਾਲ ਹੀ ਸਰਕਾਰ ਕਰਨ ਲੱਗੀ। ਗਰੀਬਾਂ ਵੱਲ ਧਿਆਨ ਨਹੀਂ ਹੈ, ਜੇ ਕੋਈ ਧਿਆਨ ਹੈ ਤਾਂ ਉਹ ਕਾਰਪੋਰੇਟ ਘਰਾਣਿਆਂ ਵੱਲ, ਅਡਾਨੀ ਅੰਬਾਨੀਆਂ ਵੱਲ। ਇੱਕ ਵੀ ਗਰੀਬ ਲੋਕ, ਆਮ ਆਦਮੀ ਲੋਕ ਮੈਨੂੰ ਖੜਾ ਕਰਕੇ ਹੱਥ ਦੱਸ ਦਿਓ ਵੀ ਸਾਡਾ ਕਰਜ਼ਾ ਮਾਫ ਹੋਇਆ। ਲੱਖਾਂ ਕਰੋੜਾਂ ਦਾ ਅਡਾਨੀ ਅੰਬਾਨੀਆਂ ਦਾ ਕਰਜ਼ਾ ਮਾਫ ਹੋਇਆ, ਸਾਡੇ ਗਰੀਬ ਲੋਕਾਂ ਦਾ ਨਹੀਂ ਹੋਇਆ। ਮਨਮੋਹਨ ਸਿੰਘ ਦੀ ਸਰਕਾਰ ਸੀ, ਕਾਂਗਰਸ ਪਾਰਟੀ ਦੀ ਸਰਕਾਰ ਸੀ, ਤਾਂ ਜੇ ਉਹਨਾਂ ਨੇ ਆਪਾਂ ਨੂੰ ਸਕੀਮਾਂ ਦਿੱਤੀਆਂ, ਫੂਡ ਸਿਕਿਉਰਿਟੀ ਬਿੱਲ ਆਇਆ ਵੀ ਜਿਹੜੇ ਲੋਕ ਗਰੀਬ ਹੈ, ਜੇ ਉਹ ਆਪਣੇ ਖਾਣਾ ਨਹੀਂ ਕਮਾ ਸਕਦੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਵੀ ਉਹਨਾਂ ਦੇ ਘਰ ਤੱਕ ਦਾਣੇ ਪਹੁੰਚਾਏ ਜਾਣ, ਤਾਂ ਆਪਾਂ ਨੂੰ ਦਾਣੇ ਮਿਲਣ ਲੱਗੇ। ਮਨਮੋਹਨ ਸਿੰਘ ਸਰਕਾਰ ਦੀ ਸੋਚ ਸੀ, ਕਾਂਗਰਸ ਪਾਰਟੀ ਦੀ ਸੋਚ ਸੀ ਕਿ ਜਿਹੜੇ ਲੋਕ ਗਰੀਬ ਹੈ, ਪੜ੍ਹ ਲਿਖ ਨਹੀਂ ਸਕਦੇ, ਉਹਨਾਂ ਨੂੰ ਵਜ਼ੀਫੇ ਦਿੱਤੇ ਜਾਣ, ਤਾਂ ਆਪਣੇ ਗਰੀਬ ਲੋਕਾਂ ਦੇ ਨਿਆਣਿਆਂ ਨੂੰ ਵਜ਼ੀਫੇ ਮਿਲਣ ਲੱਗੇ ਪੜ੍ਹਨ ਲਿਖਣ। ਮਨਮੋਹਨ ਸਿੰਘ ਸਰਕਾਰ ਦੀ, ਕਾਂਗਰਸ ਪਾਰਟੀ ਦੀ ਸੋਚ ਸੀ ਕਿ ਜਿਹੜੇ ਲੋਕ ਬੇਰੁਜ਼ਗਾਰ ਘੁੰਮ ਰਹੇ ਹਨ, ਉਹਨਾਂ ਨੂੰ ਮੁਹੱਈਆ ਕਰਾਇਆ ਜਾਵੇ ਸਰਕਾਰ ਵੱਲੋਂ ਰੋਜ਼ਗਾਰ, ਤਾਂ ਆਪਾਂ ਨੂੰ ਨਰੇਗਾ ਸਕੀਮ ਆਈ, ਆਪਾਂ ਨੂੰ ਦਿਹਾੜੀ ਮਿਲਣ ਲੱਗੀ 300 ਰੁਪਏ। ਇਹ ਜਿਹੀਆਂ ਅਨੇਕਾਂ ਸਕੀਮਾਂ, ਤੁਸੀਂ RTI ਐਕਟ ਲੈ ਲਓ, ਆਪਾਂ ਸਰਕਾਰੀ ਦਰਬਾਰੇ ਤੋਂ ਸਵਾਲ ਕਰ ਸਕਦੇ ਹਾਂ। ਇਹ ਜਿਹੀਆਂ ਅਨੇਕਾਂ ਸਕੀਮਾਂ ਮਨਮੋਹਨ ਸਿੰਘ ਸਰਕਾਰ ਦੇ ਸਮੇਂ, ਕਾਂਗਰਸ ਪਾਰਟੀ ਦੇ ਸਮੇਂ ਆਈਆਂ, ਤੇ 10 ਸਾਲ ਹੋ ਗਏ, ਆਪਾਂ ਕੋਈ ਇੱਕ ਅਜਿਹੀ ਸਕੀਮ ਨਹੀਂ ਦੱਸ ਸਕਦੇ ਜਿਹਦੇ ਨਾਲ ਗਰੀਬ ਨੂੰ ਉੱਪਰ ਚੱਕਣ ਦੀ ਗੱਲ ਕੀਤੀ ਹੋਵੇ, ਜਿਹਦੇ ਨਾਲ ਨੌਜਵਾਨਾਂ ਨੂੰ ਉੱਪਰ ਚੱਕਣ ਦੀ ਗੱਲ ਕੀਤੀ ਹੋਵੇ।
ਜਿਹਦੇ ਨਾਲ ਕਿਸਾਨੀ ਨੂੰ ਉੱਪਰ ਚੱਕਣ ਦੀ ਗੱਲ ਕੀਤੀ ਹੋਵੇ। ਜੇ ਸਾਨੂੰ ਕੁਝ ਦਿੱਤਾ ਤਾਂ ਇਹਨਾਂ ਨੇ ਸਾਨੂੰ ਨਫ਼ਰਤ ਦੀ ਰਾਜਨੀਤੀ ਦਿੱਤੀ, ਧਰਮ ਤੇ ਵੰਡਣ ਦੀ ਰਾਜਨੀਤੀ ਦਿੱਤੀ ਹੈ, ਸੰਵਿਧਾਨ ਦੇ ਖਤਮ ਕਰਨ ਦੀ ਰਾਜਨੀਤੀ ਦਿੱਤੀ ਹੈ। ਅੱਜ ਜਿਹੜਾ ਇਹਨਾਂ ਦਾ ਏਜੰਡਾ, ਇਹਨਾਂ ਦਾ ਏਜੰਡਾ ਹੈ ਵੀ ਸਾਨੂੰ ਇੱਕ ਵਾਰੀ ਦੁਬਾਰਾ ਸਰਕਾਰ ਦੇ ਵਿੱਚ ਲੈ ਕੇ ਆਓ, ਇੱਕ ਵਾਰੀ 400 ਪਾਰ ਕਰਾ ਦਿਓ, ਦੋ ਤਿਹਾਈ ਬਹੁਮਤ ਲਿਆ ਦਿਓ, ਅਸੀਂ ਸੰਵਿਧਾਨ ਬਦਲ ਦਾਂਗੇ। ਦੋ ਤਿੰਨ MP ਇਹਨਾਂ ਦੇ ਇਹ ਬਿਆਨ ਦੇ ਗਏ ਵੀ ਸਾਡੀ ਇੱਕ ਵਾਰੀ ਦੋ ਤਿਹਾਈ ਬਹੁਮਤ ਦੇ ਦਿਓ, ਅਸੀਂ ਸੰਵਿਧਾਨ ਬਦਲ। ਜੇ ਅੱਜ ਆਪਣਾ ਸੰਵਿਧਾਨ ਬਦਲ ਗਿਆ ਤਾਂ ਜਿੱਦਾਂ ਅੱਜ ਆਪਾਂ ਇੱਥੇ ਬੈਠੇ ਹਾਂ, ਵੋਟਾਂ ਲਈ ਮੰਗ ਕਰ ਰਹੇ ਹਾਂ, ਅੱਜ ਆਪਾਂ ਨੂੰ ਆਜ਼ਾਦੀ ਹੈ ਚੁਣਨ ਦੀ, ਅੱਜ ਆਪਾਂ ਨੂੰ ਆਜ਼ਾਦੀ ਹੈ ਸਰਕਾਰ ਖਿਲਾਫ਼ ਬੋਲਣ ਦੀ, ਇਹ ਸਾਰਾ ਕੁਝ ਖਤਮ ਹੋ ਜਾਊਗਾ, ਡੰਡੇ ਦਾ ਜ਼ੋਰ ਆ ਜਾਊਗਾ। ਕਾਂਗਰਸ ਪਾਰਟੀ ਚ ਵੀ ਧਰਨੇ ਹੁੰਦੇ ਰਹੇ, ਅੰਨਾ ਹਜ਼ਾਰੇ ਨੇ ਕਿੱਡਾ ਬੜਾ ਧਰਨਾ ਕੀਤਾ, ਕਿਸੇ ਤੇ ਲਾਠੀ ਚੱਲੀ, ਡਾਂਗ ਚੱਲੀ, ਕਿਸੇ ਨੂੰ ਕੁਛ ਨਹੀਂ ਕਿਹਾ, ਕਿਉਂਕਿ ਆਪਣਾ ਸੰਵਿਧਾਨਿਕ ਹੱਕ ਹੈ। ਜੇ ਸਾਨੂੰ ਕੁਛ ਸਰਕਾਰ ਨਹੀਂ ਦਿੰਦੀ ਤਾਂ ਸਾਡਾ ਸੰਵਿਧਾਨਿਕ ਹੱਕ ਹੈ, ਅਸੀਂ ਆਵਾਜ਼ ਚੱਕ ਸਕੀਏ। ਹੁਣ ਕਿਸਾਨ ਗਏ ਸੀ ਆਪਣੀ ਆਵਾਜ਼ ਚੱਕਣ, ਪਹਿਲਾਂ ਤਾਂ 1.5 ਸਾਲ ਦਿੱਲੀ ਦੀ ਬਰੂਹਾਂ ਤੇ ਬਿਠਾਈ ਰੱਖੇ, 750 ਬੰਦਾ ਸ਼ਹੀਦ ਹੋ ਗਿਆ, ਇਹ ਹੁਣ ਦੁਬਾਰਾ ਗਏ ਸੀ ਤਾਂ ਲਾਠੀਆਂ ਨਾਲ, ਗੋਲੀਆਂ ਨਾਲ, ਇੱਥੇ ਤੱਕ 21 ਸਾਲ ਦਾ ਮੁੰਡਾ ਗੋਲੀ ਮਾਰ ਕੇ ਸ਼ਹੀਦ ਕਰਤਾ। ਆਹ ਤਾਂ ਅੱਜ ਆਪਾਂ ਨੂੰ ਸੰਵਿਧਾਨਿਕ ਹੱਕ ਦਿੱਤੇ ਹੋਏ। ਆਹ ਜਿਹੜੇ ਅਸੀਂ 92 ਚੁਣ ਕੇ ਭੇਜੇ, ਮੁੱਖ ਮੰਤਰੀ ਚੁਣ ਕੇ ਭੇਜਿਆ, ਇਹ ਕਿਹੜਾ ਮੋਦੀ ਨਾਲੋਂ ਘੱਟ ਨਿਕਲਿਆ? ਹਜ਼ਾਰ ਰੁਪਇਆ ਬੀਬੀਆਂ ਨੂੰ ਲਾਰਾ ਲਾ ਗਿਆ, ਜਿੱਦਾਂ ਉਹਨੇ 15-15 ਲੱਖ ਰੁਪਏ ਦਾ ਲਾਇਆ ਸੀ। ਬੀਬੀਆਂ ਨੇ ਵੀ ਬੜੀ ਖੁਸ਼ ਹੋ ਕੇ ਅੰਦਰ ਖਾਤੇ ਵੋਟਾਂ ਪਾਈਆਂ ਵੀ 1000 ਰੁਪਇਆ ਮਹੀਨੇ ਦਾ ਆਉਣ ਲੱਗ ਪਿਆ। ਬੜੇ ਝਾੜੂ ਦੇ ਬਟਨ ਦੱਬੇ ਵੀ ਹੁਣ ਝਾੜੂ ਹੀ ਕਰੂਗਾ, 27 ਮਹੀਨੇ ਹੋ ਗਏ, 1 ਰੁਪਇਆ ਵੀ ਜੇ ਤੁਹਾਨੂੰ ਮਿਲਿਆ। ਬੁਢਾਪਾ ਪੈਨਸ਼ਨ ਕਹਿੰਦੇ ਸੀ ਜਿਹੜੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ 750 ਰੁਪਏ ਤੋਂ 1500 ਕੀਤੀ, ਇਹਨਾਂ ਨੇ ਲਾਰਾ ਲਾ ਤਾਂ ਵੀ 2500 ਕਰਾਂਗੇ। ਅੱਜ 27 ਮਹੀਨੇ ਬਜ਼ੁਰਗਾਂ ਦੇ ਵੀ 27,000 ਖੜੇ ਹੋਏ, 1000 ਇਹਨਾਂ ਦਾ ਵੀ ਨਹੀਂ ਵਧਾਇਆ, 1500 ਰੁਪਇਆ ਉਹ ਵੀ ਨਹੀਂ ਮਿਲਦਾ। ਇਹਨਾਂ ਨੇ ਉਹ ਤਾਂ ਕੀ ਦੇਣਾ ਸੀ ਜਿਹੜੀ ਸਾਨੂੰ ਆਟਾ ਦਾਲ ਸਕੀਮ ਮਿਲਦੀ ਸੀ, ਉਹ ਵੀ ਬੰਦ ਕਰਕੇ 80% ਗਰੀਬ ਲੋਕਾਂ ਦੇ ਕਾਰਡ ਕੱਟਤੇ, ਨਾ ਸਾਨੂੰ ਰੋਜ਼ਗਾਰ ਦੇ ਰਹੇ ਵੀ ਜਾਂ ਤਾਂ ਸਾਨੂੰ ਇੰਨੇ ਚੋਗੇ ਕਰ ਦਿਓ ਵੀ ਅਸੀਂ ਆਪਣੀ ਆਟਾ ਦਾਲ ਆਪ ਖਾ ਲਈਏ, ਅਸੀਂ ਆਪ ਫ੍ਰੀ ਬਿਜਲੀ ਕਰ ਲਈਏ, ਨਾ ਸਾਨੂੰ ਰੋਜ਼ਗਾਰ ਦੇ ਰਹੇ ਤੇ ਸਾਨੂੰ ਜੋ ਮਿਲਦਾ ਸੀ ਸਰਕਾਰ ਵੱਲੋਂ ਉਹ ਵੀ ਬੰਦ ਕਰੀ, ਜੇ ਸਾਨੂੰ ਦੇ ਰਹੇ ਹੈ ਤਾਂ ਨਸ਼ਾ ਦੇ ਰਹੇ। ਅੱਜ ਗਲੀ ਗਲੀ ਚਿੱਟਾ ਵਿਕਣ ਲੱਗ ਗਿਆ, ਜਿਹੜੇ ਕਹਿੰਦੇ ਸੀ ਵੀ ਮਹੀਨੇ 'ਚ ਚਿੱਟਾ ਬੰਦ ਕਰ ਦਾਂਗੇ, ਅੱਜ 27 ਮਹੀਨੇ ਹੋ ਗਏ ਬੰਦ ਤਾਂ ਪਤਾ ਨਹੀਂ, ਅੱਜ ਹਰ ਘਰ ਦੇ ਬਾਹਰ ਚਿੱਟਾ ਵਿਕਣ ਲੱਗ ਗਿਆ, ਹੋਮ ਡਿਲੀਵਰੀਆਂ ਹੋਣ ਲੱਗ ਗਈਆਂ। ਔਰ ਵਿਕੇ ਕਿਉਂ ਨਾ, ਇਹਨਾਂ ਦੇ ਲੀਡਰ ਇਹ ਰਲ ਕੇ ਪੁਲਿਸ ਨਾਲ ਆਪ ਬਕਾਨੇ। ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਆਏ ਇੱਥੇ, ਬੜਾ ਬੀਬੀਆਂ ਨੇ ਰੌਲਾ ਪਾਇਆ ਵੀ ਜੀ ਸਾਡੇ ਇੱਥੇ ਚਿੱਟੇ ਦੀ ਭਰਮਾਰ ਬਹੁਤ ਹੈ, ਨਸ਼ਿਆਂ ਦੀ ਭਰਮਾਰ ਬਹੁਤ ਹੈ, ਤੁਸੀਂ ਇਹ ਬੰਦ ਕਰਾ ਦਿਓ। ਅਸੀਂ ਰੌਲਾ ਪਾਇਆ ਤਾਂ ਪੁਲਿਸ ਨੇ ਰੇਡਾਂ ਮਾਰੀਆਂ, 4 ਖੇਪਾਂ ਫੜੀਆਂ, 1 ਤਾਂ ਫਲੌਰ ਤੋਂ ਭੁੱਕੀ ਦਾ ਟਰੱਕ ਫੜਿਆ, ਉਹ ਕਿਹਦਾ ਸੀ? ਜਿਹੜਾ ਆਮ ਆਦਮੀ ਪਾਰਟੀ ਦਾ ਇੱਥੇ ਇੰਚਾਰਜ ਪ੍ਰਿੰਸੀਪਲ ਲੱਗਿਆ ਹੋਇਆ, ਉਹਦੇ ਖਾਸ ਆਦਮੀ ਦਾ ਟਰੱਕ ਸੀ, ਕਰੋੜਾਂ ਰੁਪਏ ਦਾ ਚਿੱਟਾ ਚਰਸ ਇੱਕ ਜਲੰਧਰ ਦੇ ਘਰੋਂ ਤੋਂ ਫੜੀ ਗਈ, ਉਹ ਕਿਹਦੀ ਸੀ?
ਜਿਹੜੇ ਸ਼ੀਤਲ ਉਂਗਰਾਲ ਵਰਗੇ MLA ਬਣਾ ਕੇ ਭੇਜੇ ਆਮ ਆਦਮੀ ਤੋਂ, ਇਹਨਾਂ ਦੇ ਖਾਸ ਬੰਦਿਆਂ ਦੇ ਘਰੇ ਦੋ ਇਹਨਾਂ ਦਾ MLA ਵਿਜੇ ਕੁਵਰ ਪ੍ਰਤਾਪ, ਇਹਨਾਂ ਦਾ MLA ਵਿਜੇ ਕੁਵਰ ਪ੍ਰਤਾਪ ਆਮ ਆਦਮੀ ਦੀ ਝਾੜੂ ਦੀ ਸਟੇਜ ਤੋਂ ਖੜਾ ਹੋ ਕੇ ਬੋਲਦਾ ਵੀ ਸਾਨੂੰ ਪਤਾ ਸਾਡੇ ਲੀਡਰ ਕਿਹੜੇ, ਪੁਲਿਸ ਵਾਲਿਆਂ ਨਾਲ ਰਲ ਕੇ ਚਿੱਟਾ ਬਕਾਨੇ, ਜੇ ਸਾਡੇ ਲੀਡਰ ਹੀ ਸਾਡੇ ਤੇ ਚਿੱਟਾ ਬਕਾਣ ਲੱਗ ਗਏ ਫਿਰ ਤਾਂ ਘਰ ਘਰ ਆਟੇ ਵਾਂਗ ਵਿਕੂ ਗਈ ਹੈ। ਅੱਜ ਬੀਬੀਆਂ ਤੁਸੀਂ ਕਿਸੇ ਦੇ ਵੀ ਗਲੇ ਦੇਖ ਲਓ ਸੁਣਨੇ ਪਏ ਆ, ਉਹ ਕੋਈ ਉਹ ਨਹੀਂ ਹੈ ਵੀ ਉਹਨਾਂ ਨੂੰ ਸ਼ੌਂਕ ਸੋਨੇ ਦਾ ਉੱਤਰ ਗਿਆ, ਸ਼ੌਂਕ ਹਜੇ ਵੀ ਸਭ ਨੂੰ ਹੈ, ਪਰ ਡਰ ਦੇ ਮਾਰੇ ਵੀ ਜੇ ਅਸੀਂ ਗਲੀ 'ਚ ਜਾਵਾਂਗੇ ਸਾਡੇ ਨਾਲ ਕੋਈ ਲੁੱਟ ਖੋਹ ਨਾ ਹੋ ਜਾਵੇ, ਸਾਡੀਆਂ ਕੋਈ ਬਾਲੀਆਂ ਨਾ ਖੋਹ ਕੇ ਲੈ ਜਾਏ। ਆਹ ਤਾਂ ਅੱਜ ਪੰਜਾਬ ਦਾ ਮਾਹੌਲ ਬਣਿਆ ਹੋਇਆ। ਸੋ ਅੱਜ ਦੀ ਜਿਹੜੀ ਲੜਾਈ ਹੈ ਆਪਾਂ ਨੂੰ ਸੋਚਣ ਤੇ ਵਿਚਾਰਨ ਦੀ ਲੋੜ ਹੈ, ਅੱਜ ਦੀ ਜਿਹੜੀ ਲੜਾਈ ਹੈ ਅੱਜ ਸੈਂਟਰ 'ਚ ਮੋਦੀ ਨੂੰ ਉਤਾਰਨ ਦੀ ਲੋੜ ਹੈ। ਅੱਜ ਹਰ ਵਰਗ ਉਸ ਤੋਂ ਦੁਖੀ ਹੈ, ਜੇ ਅਸੀਂ ਮੋਦੀ ਨੂੰ ਉਤਾਰਨਾ ਹੈ ਸੈਂਟਰ ਦੇ ਵਿੱਚੋਂ ਤਾਂ ਆਪਾਂ ਨੂੰ ਹੱਲ ਵੀ ਲੱਭਣਾ ਪੈਣਾ, ਤਾਂ ਉਹਦਾ ਇੱਕੋ ਇੱਕ ਹੱਲ ਹੈ ਜਿਹੜਾ ਕਿ ਕਾਂਗਰਸ ਪਾਰਟੀ, ਕਿਉਂਕਿ ਕਾਂਗਰਸ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਪੂਰੇ ਭਾਰਤ ਦੇ ਵਿੱਚ ਮੋਦੀ ਦੇ ਖਿਲਾਫ ਬੀਜੇਪੀ ਦੇ ਖਿਲਾਫ ਇਲੈਕਸ਼ਨ ਲੜ ਰਹੀ ਹੈ। ਇਹ ਜਿੰਨੀਆਂ ਪਾਰਟੀਆਂ ਇੱਥੋਂ ਝਾੜੂ ਵਾਲੇ ਅਕਾਲੀ ਦਲ ਕੋਈ 20 ਸੀਟਾਂ ਤੋਂ ਉੱਪਰ ਇਲੈਕਸ਼ਨ ਨਹੀਂ ਲੜ ਰਿਹਾ, 543 ਚੋਂ ਜੇ ਬਹੁਮਤ ਲੈਣੀ ਹੈ ਉਹਨੂੰ ਤਾਰਨ ਵਾਸਤੇ ਉਹਨੂੰ ਢਾਹ ਲਾਉਣ ਵਾਸਤੇ ਤਾਂ ਲੜ ਵੀ ਉਹਦਾ ਫੜਨਾ ਪੈਣਾ ਜਿਹਦੇ 'ਚ ਹਿੰਮਤ ਹੈ ਉਹਨੂੰ ਢਾਹ ਲਾਉਣ ਦੀ, ਜਿਹਦੇ 'ਚ ਸਮਰੱਥ ਹੈ ਉਹਨੂੰ ਢਾਹ ਲਾਉਣ ਦੀ। ਜੇ ਆਪਾਂ ਭਲਵਾਨ ਹੀ ਮਾੜਾ ਚੁਣ ਲਿਆ ਫਿਰ ਆਪਾਂ ਉਹਨੂੰ ਕਿਵੇਂ ਢਾਹ ਲਾ ਦਾਂ। ਅੱਜ ਆਪਣੇ ਕੋਲ ਉਮੀਦਵਾਰ ਵੀ ਉਹ ਹੈ ਸਰਦਾਰ ਚਰਨਜੀਤ ਸਿੰਘ ਚੰਨੀ, ਜਿਹੜਾ ਹਮੇਸ਼ਾ ਪੰਜਾਬ ਦੇ ਲਈ ਸਟੈਂਡ ਦਿੱਤਾ, ਜਦ ਜਦ ਪੰਜਾਬ ਤੇ ਭੀੜ ਪਈ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ। ਇਹ ਤਾਂ ਜਦ ਜਦ ਪੰਜਾਬ 'ਚ ਮੋਦੀ ਆਉਂਦਾ ਨਾਲ ਦੀ ਨਾਲ ਉਹਦੀ ਗੋਦੀ 'ਚ ਬਹਿ ਜਾਏ। ਮੋਦੀ ਇੱਥੇ ਆਇਆ ਜਲੰਧਰ ਦੇ ਵਿੱਚ ਤਾਂ ਜਿੰਨੇ ਕਿਸਾਨ ਆਗੂ ਹੈ ਜਿੰਨੇ ਇੰਪਲੋਏ ਯੂਨੀਅਨ ਦੇ ਬੰਦੇ ਹੈ ਪੰਜਾਬ ਪੁਲਿਸ ਨੇ ਘਰ ਦਾ ਘਰਾਂ ਦੇ ਵਿੱਚ ਨਜ਼ਰਬੰਦ ਕਰਤਾ, ਪੁਲਿਸ ਲਾ ਕੇ ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ। ਇਹ ਆਜ਼ਾਦੀ ਹੈ ਸਾਡੇ ਕੋਲ। ਅੱਜ ਮੋਦੀ ਨਾਲ ਰਲ ਕੇ ਸਾਡੇ ਤੇ ਧੱਕਾ ਕਰਾ ਰਹੇ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਇੱਕਜੁੱਟ ਰਹੋ, ਜੇ ਆਪਾਂ ਵੰਡ ਗਏ ਜੇ ਆਪਾਂ ਫਟ ਗਏ ਵੱਖ ਵੱਖ ਪਾਰਟੀਆਂ 'ਚ, ਫਿਰ ਜਿਹੜਾ ਆਪਾਂ ਮੋਦੀ ਨੂੰ ਉਤਾਰਨਾ ਚਾਹੁੰਦੇ ਹਾਂ, ਜਿਹੜਾ ਆਪਾਂ ਆਪਣੀ ਨੌਜਵਾਨੀ ਬਚਾਉਣਾ ਚਾਹੁੰਦੇ ਹਾਂ, ਜਿਹੜੇ ਆਪਾਂ ਸੰਵਿਧਾਨ ਬਚਾਉਣਾ ਚਾਹੁੰਦੇ ਹਾਂ, ਫਿਰ ਉਹ ਕੁਛ ਨਹੀਂ ਬਚਣਾ, ਫਿਰ ਮੋਦੀ ਆਪਣੇ ਸਿਰ 'ਤੇ ਰਾਜ ਕਰੂਗਾ। ਤਾਂ ਜੇ ਆਪਾਂ ਇਕੱਠੇ ਰਹੇ ਇੱਕ ਝੰਡੇ ਥੱਲੇ ਰਹੇ ਫਿਰ ਆਪਾਂ ਇਕੱਠੇ ਹੋ ਕੇ ਉਹਨੂੰ ਢਾਹ ਲਾ ਸਕਦੇ। ਇਹਨਾਂ ਕੋਲ ਤਾਂ ਉਮੀਦਵਾਰ ਵੀ ਨਹੀਂ ਮਿਲੇ ਇਹਨਾਂ ਨੂੰ, ਜਿਹੜਾ 10 ਮਹੀਨੇ ਪਹਿਲਾਂ ਤੁਸੀਂ ਆਮ ਆਦਮੀ ਦੀ ਟਿਕਟ ਤੋਂ ਜਿਤਾ ਕੇ MP ਬਣਾਇਆ, 10 ਮਹੀਨੇ 'ਚ ਇੱਕ ਇੱਟ ਤੱਕ ਨਹੀਂ ਲਾਈ ਕਿਸੇ ਨੇ, ਕੋਈ ਪ੍ਰੋਜੈਕਟ ਨਵਾਂ ਨਹੀਂ ਆਇਆ, ਅੱਜ ਛਾਲ ਮਾਰ ਕੇ ਉਹ ਭਾਜਪਾ ਤੋਂ ਖੜਾ ਹੋਇਆ। ਇਹ ਜਿਨ੍ਹਾਂ ਨੂੰ ਸਾਰਾ ਦਿਨ ਭੰਡਦੇ ਰਹੇ ਅਕਾਲੀ ਦਲ ਨੂੰ ਝਾੜੂ ਵਾਲੇ, ਅਕਾਲੀ ਦਲ ਮਾੜਾ, ਅਕਾਲੀ ਦਲ ਨੇ ਬੇਅਦਬੀਆਂ ਕਰਾਈਆਂ, ਅਕਾਲੀ ਦਲ ਨੇ ਚਿੱਟਾ ਫਲਾਇਆ, ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ, ਜਿਨ੍ਹਾਂ ਨੂੰ ਭੰਡਦੇ ਰਹੇ ਅੱਜ ਉਹਨਾਂ ਦਾ ਹੀ ਬੰਦਾ ਲਿਆ ਕੇ ਝਾੜੂ ਤੋਂ ਖੜਾ ਕਰਦਾ। ਸੋ ਆਪਾਂ ਨੂੰ ਸਮਝਣ ਦੀ ਲੋੜ ਹੈ, ਦਲ ਬਦਲੂਆਂ ਤੋਂ ਬਚਣ ਦੀ ਲੋੜ ਹੈ।
ਇਹ ਕੋਈ ਦਲ ਆਪਣੇ ਭਲੇ ਲਈ ਗਰੀਬ ਲੋਕਾਂ ਦੇ ਸੁੱਖ ਸਹੂਲਤਾਂ ਲਈ ਨਹੀਂ ਬਦਲ ਰਹੇ, ਇਹ ਆਪਣੇ ਪਰਿਵਾਰਕ ਫਾਇਦਿਆਂ ਲਈ, ਆਪਣੇ ਪੈਸਿਆਂ ਲਈ, ਆਪਣੀਆਂ ਚੌਧਰਾਂ ਲਈ ਤਾਂ ਇੱਕ ਥਾਂ ਤੋਂ ਦੂਸਰੀ ਥਾਂ ਛਾਲ ਮਾਰਦੇ ਨੇ, ਦੂਸਰੀ ਤੋਂ ਤੀਸਰੀ ਥਾਂ ਛਾਲ ਮਾਰਦੇ ਨੇ। ਜਿਹਦਾ ਸਟੈਂਡ ਹੀ ਨਹੀਂ ਹੈ ਉਹ ਆਪਣੇ ਨਾਲ ਕਿਵੇਂ ਸਟੈਂਡ ਕਰ ਜੂਗਾ? ਸੋ ਆਪਾਂ ਨੂੰ ਸਮਝਣ ਦੀ ਲੋੜ ਹੈ, ਆਪਾਂ ਨੂੰ ਅਜਿਹਾ ਬੰਦਾ ਚੁਣਨਾ ਚਾਹੀਦਾ ਜਿਹੜਾ ਆਪਣੇ ਸਟੈਂਡ ਤੇ ਖੜਾ ਰਹੇ, ਜਿਹੜਾ ਜਦ ਸਾਨੂੰ ਲੋੜ ਪਈ ਸਾਡੇ ਨਾਲ ਖੜੇ, ਬਾਕੀਆਂ ਦੀ ਤਾਂ ਬਾਹ ਮਰੋੜੀ ਨਾਲ ਦੀ ਨਾਲ ਉਹਨੇ ਦੂਸਰੇ ਪਾਸੇ ਚੱਲ ਜਾਣ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅਖੀਰ ਦੇ ਵਿੱਚ ਇਹੀ ਬੇਨਤੀ ਕਰਦਾ ਕਿ ਉਮੀਦਵਾਰ ਦੇਖੋ, ਪਾਰਟੀ ਦੇਖੋ, ਇਹ ਦੇਖੋ ਵੀ ਕਿਹਨੇ ਮਹਿੰਗਾਈ ਵਧਾਈ ਹੈ ਤੇ ਕਿਹਨੇ ਸਾਡੇ ਹੱਕਾਂ ਦੀ ਅੱਜ ਤੱਕ ਗੱਲ ਕੀਤੀ ਹੈ, ਕਿਹਨੇ ਸੰਵਿਧਾਨ ਦੇ ਵਿੱਚ ਸਾਨੂੰ ਆਜ਼ਾਦੀ ਦਿੱਤੀ ਹੈ। ਹੈਲੋ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅਖੀਰ ਦੇ ਵਿੱਚ ਬੇਨਤੀ ਕਰਦਾ ਕਿ ਅੱਜ ਆਪਾਂ ਚੰਗੇ ਲੀਡਰ ਦੇ ਨਾਲ ਲੱਗੀਏ, ਚੰਗੀ ਪਾਰਟੀ ਦੇ ਨਾਲ ਲੱਗੀਏ, ਤਕੜੇ ਹੋ ਕੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿੱਤ ਦਵਾਈਏ ਕਿ ਜਿੰਨੇ ਕਾਲਾ ਜੀ ਨੇ ਆਪਣੇ ਮੀਤ ਪ੍ਰਧਾਨ ਹੈ ਉਹਨਾਂ ਨੇ ਸਾਨੂੰ ਇੱਥੇ ਤੇ ਦੱਸੇ ਵੀ ਫਾਟਕਾਂ ਦਾ ਬਹੁਤ ਚੱਕਰ ਹੈ, ਸਾਡੇ ਸੀਵਰੇਜ ਦਾ ਬਹੁਤ ਚੱਕਰ ਹੈ, ਸਾਡੇ ਕੋਈ ਸਟੇਡੀਅਮ ਨਹੀਂ ਹੈ, ਕੋਈ ਹੋਸਪਿਟਲ ਨਹੀਂ ਹੈ। ਮੈਂ ਤੁਹਾਨੂੰ ਦੱਸਾਂ, ਜਦ ਅਸੀਂ ਜਲੰਧਰ ਤੋਂ ਨੁਮਾਇੰਦਗੀ ਕਰਨ ਗਏ ਸੀ, ਜਦ ਅਸੀਂ ਚਮਕੌਰ ਸਾਹਿਬ ਤੋਂ ਨੁਮਾਇੰਦਗੀ ਕਰਨ ਗਏ ਸੀ, ਹੈਲੋ, ਇਹ ਸਾਰੀਆਂ ਸਮੱਸਿਆਵਾਂ ਉਸ ਸਮੇਂ ਮਰਿੰਡੇ ਸ਼ਹਿਰ ਦੀਆਂ ਵੀ ਸੀ ਜਿੱਥੋਂ ਅਸੀਂ 15 ਸਾਲ ਨੁਮਾਇੰਦਗੀ ਕੀਤੀ। ਅੱਜ ਤੁਸੀਂ ਮਰਿੰਡੇ ਸ਼ਹਿਰ ਚਮਕੌਰ ਸਾਹਿਬ ਜਾ ਕੇ ਦੇਖ ਲਓ, ਉੱਥੇ 10 ਬੈਡਡ ਵਾਲਾ ਹਸਪਤਾਲ ਅੱਜ 100 ਬੈਡਡ ਦਾ ਹੋਇਆ ਹੋਇਆ, ਜਿਹੜਾ 19 ਡਾਕਟਰ, ਯੂਨੀਵਰਸਿਟੀ ਬਣ ਰਹੀ ਹੈ ਉੱਥੇ, 2 ਸਰਕਾਰੀ ਕਾਲਜ ਬਣ ਰਹੇ ਹਨ, ਇੱਕ ਮਿਊਜ਼ੀਅਮ ਤਿਆਰ ਕੀਤਾ। ਸੋ ਸਾਡੀ ਜਿਹੜੀ ਸੋਚ ਹੈ ਉਹ ਡਿਵੈਲਪਮੈਂਟ ਦੀ ਸੋਚ ਹੈ। ਅੱਜ ਜੇ ਆਪਾਂ ਡਿਵੈਲਪਮੈਂਟ ਚਾਹੁੰਦੇ ਹਾਂ ਤਾਂ ਆਪਾਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲੈ ਕੇ ਆਈਏ। ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਆਸ ਕਰਦਾ ਵੀ ਤੁਸੀਂ ਇਕੱਠੇ ਰਹਿ ਕੇ, ਇੱਕ ਝੰਡੇ ਥੱਲੇ ਰਹਿ ਕੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਜਿੱਤ ਦਿਵਾਓਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਮੇਰੇ ਪਿਆਰੇ ਛੋਟੇ ਪੀਰ ਨਵੀਂ ਜੀ, ਇਹ ਆਉਣ ਵਾਲੇ ਇਸ ਹਲਕੇ ਦੇ ਸਿਤਾਰੇ ਆ, ਮੇਰਾ ਨਿਸ਼ਾਨਾ ਤੁਸੀਂ ਸਮਝ ਗਏ ਨਾ, ਇਹਨਾਂ ਨੂੰ ਆਪਾਂ ਜਾਣ ਨਹੀਂ ਦੇਣਾ। ਹੁਣ ਜਿੱਦਾਂ ਸਮਰਾ ਸਾਹਿਬ ਦੇ ਸਾਹਿਬ ਜਾਂਦੇ ਸੀ ਨਾ, ਇਹਨਾਂ ਨੂੰ ਹੁਣ ਆਪਾਂ ਆਪਣੇ ਕੋਲੇ ਹੀ ਰੱਖਣਾ ਤੇ ਆਉਣ ਆਪਣੇ ਫਲੋਰ ਦੇ ਨਮੇਂਦੇ ਪ੍ਰਮਾਤਮਾ ਕਿਰਪਾ ਕਰੇ। ਤੁਸੀਂ ਮੇਰਾ ਨਿਸ਼ਾਨਾ ਸਮਝ ਗਏ ਆ, ਜ਼ੋਰਦਾਰ ਤਾੜੀ ਮਾਰ ਦਿਓ ਬਸ। ਮੈਂ ਉਦਣ ਵੀ ਇੱਕ ਗੱਲ ਕੀਤੀ ਸੀ, ਮੈਂ ਧੰਨਵਾਦ ਕਰਦਾ ਗੁਰਚੇਤਨ ਗਿੱਲ ਦਾ, ਡਾਕਟਰ ਬੁੱਗਾ ਜੀ, ਠੇਕੇਦਾਰ ਬਿੰਦੀ ਜੀ, ਜਸਵੀਰ ਭਾਜੀ, ਇਹਨੇ ਮੇਰੀ ਮਦਦ ਕੀਤੀ, ਸਵੇਰ ਦੇ ਲਵਾਇਆ ਰਾਮ ਜੀ, ਲਾਡੀ ਭਾ 1 ਵਜੇ ਸਾਡੇ ਨਾਲ ਤੁਰੇ ਆ, ਮੇਰੀਆਂ ਬਾਹਾਂ ਆ,
ਬਿੱਟੂ ਹੋਣੀ, ਕਾਲੇ ਹੋਣੀ, ਹੈਪੀ ਬੈਠਾ, ਇਹ ਆਪਾਂ ਭਰਾ ਆ। ਆਪਾਂ ਛੋਟੀਆਂ ਛੋਟੀਆਂ ਗੱਲਾਂ 'ਚ ਨਹੀਂ ਪੈਣਾ। ਮੈਂ ਤਾਂ ਇੱਕੋ ਹੀ ਹੁਣ ਬੇਨਤੀ ਕਰਨੀ ਆ, ਮੈਂ ਉਦੋਂ ਮਿਲਣ ਪਹਿਲੇ ਸਪੀਕ ਕੀਤੀ ਸੀ ਕਿ ਨਵੇਂ ਭਾਜੀ ਸਾਨੂੰ ਤੁਹਾਡੇ 'ਚ ਬਹੁਤ ਕੁਛ ਦੀਦਾ, ਤੂੰ ਸ਼ਾਹੀ ਹੈ ਪਰਵਾਜ਼ ਹੈ ਕੰਮ ਤੇਰਾ, ਸ਼ਾਹੀ ਹੁੰਦਾ ਬਾਜ, ਪਰਵਾਜ਼ ਹੁੰਦਾ ਉੱਡਣਾ, ਤੂੰ ਸ਼ਾਹੀ ਹੈ ਪਰਵਾਜ਼ ਹੈ ਕੰਮ ਤੇਰਾ, ਤੇਰੇ ਅੱਗੇ ਇਮਤਿਹਾਨ ਔਰ ਵੀ ਹੈ, ਇਸੀ ਰੋਜ਼ ਸ਼ਬ ਮੇ ਉਲਝ ਕਰਨਾ ਰਹਿ ਜਾ, ਸਤਾਰਾ ਸੇ ਆਗੇ ਜਹਾਂ ਔਰ ਵੀ ਹੈ, ਜੋਰ ਜੋਰ ਤਾੜੀ ਮਾਰ। ਤੁਹਾਡਾ ਇੱਕ ਇੱਕ ਦਾ ਧੰਨਵਾਦ, ਜੈ ਹਿੰਦ, ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।